ਅੱਜ ਦੇ ਇਸ ਪਾਵਨ ਅਵਸਰ ਦੇ ਉੱਤੇ ਜੋ ਇੱਕ ਵਿਸ਼ੇਸ਼ ਔਰ ਇੱਕ ਇਤਿਹਾਸਿਕ ਯਾਤਰਾ ਜਾਤ ਤੋੜੋ ਸਮਾਜ ਤੋੜੋ ਸਿੱਖ ਭਾਈਚਾਰੇ ਵੱਲੋਂ ਜੋ ਇਹ ਵਿਸ਼ਾਲ ਯਾਤਰਾ ਕੱਢੀ ਜਾ ਰਹੀ ਹੈ, ਸਭ ਤੋਂ ਪਹਿਲਾਂ ਮੈਂ ਜੀ ਆਇਆਂ ਨੂੰ ਕਹਿੰਦਾ ਸਾਰੇ ਆਏ ਹੋਏ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਜ਼ਿਆਦਾ ਸਮਾਂ ਨਹੀਂ ਲਾਉਂਦਾ ਕਿਉਂਕਿ ਮੈਨੂੰ ਪਤਾ ਕਿ ਯਾਤਰਾ ਜਿਹੜੀ ਆ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੱਕ ਜਾ ਕੇ ਸਮਾਪਤੀ ਕਰਨੀ ਆ ਔਰ ਸਮੇਂ ਦੀ ਘਾਟ ਹੋਣ ਕਰਕੇ ਇਹ ਗੱਲ ਮੈਂ ਸਮਝਦਾ। ਅੱਜ ਜੋ ਇਹ ਕਾਰਜਕ੍ਰਮ ਹੈ, ਇਹ ਜੋ ਸ਼ੁਰੂਆਤ ਹੈ, ਅੱਜ ਸਿੱਖ ਸਮਾਜ ਵੱਲੋਂ ਸਿੱਖ ਧਰਮ ਵੱਲੋਂ ਇਹ ਜੋ ਸ਼ੁਰੂਆਤ ਕੀਤੀ ਗਈ ਹੈ ਜਾਤ ਤੋੜੋ ਸਮਾਜ ਤੋੜੋ, ਅੱਜ ਭਾਰਤ ਦੇਸ਼ ਦੇ ਵਿੱਚ ਇਹ ਜਿਹੜੀ ਸਮੱਸਿਆ ਇਹ ਪੂਰੀ ਜੜ ਕਰ ਚੁੱਕੀ ਆ। ਇਹ ਹੁਣ ਦੀ ਗੱਲ ਨਹੀਂ, ਹਜ਼ਾਰਾਂ ਸਾਲਾਂ ਤੋਂ ਇਹ ਜਿਹੜੀ ਜਾਤ ਪਾਤ ਦੀ ਸਮੱਸਿਆ ਚੱਲੀ ਆ ਰਹੀ ਹੈ, ਲੇਕਿਨ ਕਦੇ ਵੀ ਇਹਨੂੰ ਕਿਸੇ ਨੇ ਸਿਰਫ ਸਵਾਇ ਸਿੱਖ ਧਰਮ ਤੋਂ, ਸਵਾਇ ਮੁਸਲਿਮ ਧਰਮ ਤੋਂ, ਸਵਾਇ ਕ੍ਰਿਸਚਨ ਧਰਮ ਤੋਂ, ਸਵਾਇ ਬੁੱਧਿਜ਼ਮ ਤੋਂ, ਇਹ ਤੋਂ ਇਲਾਵਾ ਕਿਸੇ ਨੇ ਵੀ ਇਹਨੂੰ ਤੋੜਨ ਦੀ, ਇਹਨੂੰ ਖਤਮ ਕਰਨ ਦੀ ਇਹਨੂੰ ਕਦੇ ਕਿਸੇ ਨੇ ਪਹਿਲ ਨਹੀਂ ਕੀਤੀ। ਲੇਕਿਨ ਭਾਰਤ ਦੇਸ਼ ਦੇ ਵਿੱਚ ਜਿਹੜੀਆਂ ਸ਼ਾਸਕ ਜਾਤੀਆਂ, ਭਾਰਤ ਦੇਸ਼ ਦੇ ਵਿੱਚ ਜਿਹੜੀਆਂ ਸ਼ਾਸਕ ਜਾਤੀਆਂ ਤੇ ਰਾਜ ਕਰ ਰਹੀਆਂ, ਉਹਨਾਂ ਦਾ ਮੁੱਖ ਮੁੱਦਾ ਇਹ ਆ ਕਿ ਭਾਰਤ ਦੇਸ਼ ਦੇ ਜਿਹੜੇ 6,743 ਜਾਤਾਂ ਦੇ ਵਿੱਚ ਵੰਡੇ ਹੋਏ ਲੋਕ ਆ, ਇਹਨਾਂ ਨੂੰ ਇਹਨਾਂ ਦੀ ਜਿਹੜੀ ਗੁਲਾਮੀ ਆ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ। ਉਹ ਕਦੇ ਨਹੀਂ ਚਾਹੁੰਦੇ ਕਿ ਇਹਨਾਂ ਦੀਆਂ ਜਾਤਾਂ ਪਾਤਾਂ ਨੂੰ ਖਤਮ ਕਰਕੇ ਇਹਨਾਂ ਨੂੰ ਇੱਕ ਸਮਾਨਤਾ ਦੇ ਉੱਤੇ ਇੱਕ ਲਾਈਨ ਦੇ ਵਿੱਚ ਲਾ ਕੇ ਖੜਾ ਕੀਤਾ ਜਾਵੇ। ਇਸ ਕਰਕੇ ਮੋਹਨ ਭਾਗਵਤ ਵਰਗੇ ਬੰਦੇ, RSS ਵਰਗੇ ਬੰਦੇ ਜਿਹੜੇ ਦੇਸ਼ ਦੇ ਵਿੱਚ ਹੁਕਮਰਾਨ ਬਣੀ ਬੈਠੇ ਆ, ਜਿਹੜੇ ਦੇਸ਼ ਨੂੰ ਚਲਾ ਰਹੇ ਆ, ਭਾਰਤ ਦੇ ਜਿਹੜਾ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ, ਉਹ ਇੱਕ ਉਸ ਸੈਨਾ ਦਾ ਇੱਕ ਸਿਪਾਹੀ ਆ। ਅਸਲ ਵਿੱਚ ਜਿਹੜੇ ਭਾਰਤ ਦੇਸ਼ ਨੂੰ ਚਲਾਉਣ ਵਾਲੇ ਆ ਉਹ ਬ੍ਰਾਹਮਣਵਾਦੀ ਲੋਕ ਆ, ਔਰ ਇਹ ਜਿਹੜੇ ਬ੍ਰਾਹਮਣਵਾਦੀ ਲੋਕ ਆ ਇਹ ਸਾਰੇ ਧਰਮਾਂ ਨੂੰ ਨਿਗਲਣਾ ਚਾਹੁੰਦੇ ਆ। ਤੁਸੀਂ ਅਖਬਾਰਾਂ ਪੜ੍ਹਦੇ ਆ, ਤੁਸੀਂ ਉਹਨਾਂ ਵਿੱਚ ਦੇਖਦੇ ਆ, ਉਹ ਕਿੱਦਾਂ ਸ਼ਰੇ ਹੋਏ ਗੱਲ ਕਹਿੰਦੇ ਆ ਕਿ ਜਿਹੜਾ ਸਿੱਖ ਧਰਮ ਆ ਉਹ ਵੀ ਹਿੰਦੂ ਧਰਮ ਦਾ ਇੱਕ ਹਿੱਸਾ ਆ, ਬੁੱਧਿਜ਼ਮ ਆ ਉਹ ਵੀ ਹਿੰਦੂ ਧਰਮ ਦਾ ਇੱਕ ਹਿੱਸਾ ਆ, ਔਰ ਮੁਸਲਮਾਨਾਂ ਦੇ ਨਾਲ ਦਸ਼ਤਮ ਕਰ ਰਹੇ ਆ। ਅੱਜ ਤੁਸੀਂ ਦੇਖਿਆ ਤਾਜ਼ੀ ਘਟਨਾ ਆ, ਅੱਜ ਮੁਸਲਮਾਨਾਂ ਨੂੰ ਜਿਹੜੇ ਕਿ ਨਿਰਦੋਸ਼ ਸੀ ਅਗਲੇ ਮਹੀਨੇ ਤੱਕ ਉਹਨਾਂ ਨੇ ਜੇਲ੍ਹ ਤੋਂ ਬਰੀ ਹੋ ਜਾਣਾ ਸੀ। ਇੱਕ ਦੇਸ਼ ਦੇ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਉਹਨਾਂ ਨੂੰ ਅੱਤਵਾਦੀ ਸਾਬਤ ਕਰਕੇ ਉਹਨਾਂ ਨੂੰ ਨੱਬੇ ਲੋਕਾਂ ਨੂੰ ਗੋਲੀਆਂ ਚਲਾ ਕੇ ਮਾਰਿਆ ਗਿਆ। ਇਸ ਕਰਕੇ ਸਾਥੀਓ, ਇਹ ਲੜਾਈ ਜਿਹੜੀ ਹੈ ਇਕੱਲੇ ਇਕੱਲੇ ਨਾਲ ਲੜਨ ਵਾਲੀ ਨਹੀਂ, ਚਾਹੇ ਸਿੱਖ ਆ, ਚਾਹੇ ਮੁਸਲਮਾਨ ਆ, ਚਾਹੇ ਅਬਾਦੀ ਆ, ਚਾਹੇ ਕ੍ਰਿਸਚਨ ਆ, ਇਹਨਾਂ ਨੂੰ ਇਕੱਠੇ ਹੋਣਾ ਪੈਣਾ, ਇੱਕ ਮੰਚ ਤੇ ਇਕੱਠੇ ਹੋਣਾ ਪੈਣਾ, ਤੇ ਉਹਦੇ ਲਈ ਮਾਨਸੋਵਾਰ ਭਾਰਤ ਮੁਕਤੀ ਮੋਰਚਾ ਉਹ ਸਭ ਤੋਂ ਪਹਿਲਾਂ ਇਹ ਸ਼ੁਰੂਆਤ ਕਰ ਚੁੱਕਿਆ ਹੈ। ਇਸ ਕਰਕੇ ਇਹ ਜਿਹੜੀਆਂ ਭਾਰਤ ਦੇਸ਼ ਵਿੱਚ 6,743 ਜਾਤਾਂ ਆ ਉਹਨੂੰ ਇਕੱਠੇ ਕਰਨ ਦੇ ਵਿੱਚ ਅਸੀਂ ਕਾਮਯਾਬ ਹੋ ਗਏ। ਬ੍ਰਾਹਮਣਾਂ ਨੇ ਸਾਨੂੰ ਇੱਕ ਪਛਾਣ ਦਿੱਤੀ, ਉਹਨਾਂ ਨੇ ਸਾਨੂੰ ਕਿਸੇ ਨੂੰ ਚੂੜਾ ਗਿਆ, ਕਿਸੇ ਨੂੰ ਚਮਾਰ ਗਿਆ, ਇੱਦਾਂ ਕਰ ਕਰਕੇ ਉਹਨਾਂ ਨੇ 6,743 ਜਾਤਾਂ 'ਚ ਵੰਡਿਆ। ਬਾਬਾ ਸਾਹਿਬ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ, ਇਹਨਾਂ 6,743 ਜਾਤਾਂ ਦੇ ਵਿੱਚ ਵੰਡੇ ਹੋਏ ਲੋਕਾਂ ਨੂੰ ਚਾਰ ਭਾਗਾਂ ਦੇ ਵਿੱਚ ਇਕੱਠੇ ਕੀਤਾ। ਉਹ ਕੀਤਾ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਉਹ ਵੀ ਸੀ ਔਰ ਬਾਕੀ ਅਲਪ ਸੰਖਿਅਕ ਲੋਕ ਆ, ਚਾਹੇ ਸਿੱਖ ਆ, ਈਸਾਈ ਆ, ਬੋਧੀ ਆ, ਜੈਨ ਆ, ਮੁਸਲਿਮ ਆ, ਇਹਨਾਂ ਸਾਰੇ ਲੋਕਾਂ ਨੂੰ ਇੱਕ ਉਹਨਾਂ ਨੇ ਨਾਮ ਦਿੱਤਾ ਮਾਨਵਟੀ, ਤੇ ਜਿਹੜੇ ਅਲਪ ਸੰਖਿਅਕ ਲੋਕ ਆ। ਔਰ ਮਾਨ ਸਾਹਿਬ ਨੇ ਇੱਕ ਵੱਡਾ ਉਪਰਾਲਾ ਕੀ ਕੀਤਾ, ਉਹਨਾਂ ਨੇ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਨਾਮ ਦਿੱਤਾ ਕਿ ਅਸੀਂ ਭਾਰਤ ਦੇਸ਼ ਦੇ ਮੂਲ ਵਾਸੀ ਲੋਕ ਆ। ਇਸ ਕਰਕੇ ਸਾਥੀਓ, ਇਹ ਭਾਰਤ ਦੇਸ਼ ਸਾਡਾ ਆ, ਇੱਥੇ ਵਿਦੇਸ਼ੀਆਂ ਦਾ ਰਾਜ ਆ। 1947 ਨੂੰ ਜਿਹੜਾ ਦੇਸ਼ ਆਜ਼ਾਦ ਹੋਇਆ, ਅਸਲ ਵਿੱਚ ਦੇਸ਼ ਆਜ਼ਾਦ ਨਹੀਂ ਹੋਇਆ, ਇੱਕ ਤਰ੍ਹਾਂ ਦੀ ਸੱਤਾ ਦਾ ਹਸਤਾਂਤਰਣ
ਅੰਗਰੇਜ਼ ਭਾਰਤ ਦੇਸ਼ ਨੂੰ ਛੱਡ ਕੇ ਗਿਆ ਔਰ ਦੂਸਰਾ ਜਿਹੜਾ ਵਿਦੇਸ਼ੀ ਆ ਉਹਦੇ ਹੱਥ ਸੱਤਾ ਨੂੰ ਸੰਭਾਲ ਕੇ ਚਲਾ ਗਿਆ। ਅੱਜ ਵੀ ਅਸੀਂ ਜਿਹੜੀ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ। ਅਸੀਂ ਉਦੋਂ ਤੱਕ ਹਾਰ ਨਹੀਂ ਮੰਨਾਂਗੇ ਜਦੋਂ ਤੱਕ ਇਹ ਵਿਦੇਸ਼ੀ ਬ੍ਰਾਹਮਣਾਂ ਨੂੰ ਜਿਹੜਾ DNA ਤੋਂ ਪ੍ਰੂਵ ਹੋ ਚੁੱਕਿਆ ਕਿ ਜਿਹੜਾ ਬ੍ਰਾਹਮਣ ਆ ਇਹਦਾ ਜਿਹੜਾ DNA ਭਾਰਤ ਦੇ SC ST OBC ਵਰਗਾਂ ਦੇ ਵੀ ਲੋਕਾਂ ਦੇ ਨਾਲ ਮੇਲ ਨਹੀਂ ਖਾਂਦਾ। ਔਰ ਇਹ ਤੋਂ ਇਹ ਵੀ ਸਾਬਤ ਹੋਇਆ ਕਿ ਇਹ ਜਿਹੜਾ ਲੋਕ ਆ ਬ੍ਰਾਹਮਣ ਖੱਤਰੀ ਰਾਜ ਇਹ ਭਾਰਤ ਦੇਸ਼ ਦੇ ਨਾਗਰਿਕ ਨਹੀਂ, ਇਹ ਭਾਰਤ ਦੇਸ਼ ਦੇ ਮੂਲ ਵਾਸੀ ਨਹੀਂ, ਇਹ ਵਿਦੇਸ਼ਾਂ ਤੋਂ ਆਏ ਹੋਏ ਜਿਹੜੇ ਆ ਵਿਦੇਸ਼ੀ ਆ। ਇਸ ਕਰਕੇ ਸਾਥੀਓ ਅੱਜ ਜਿਹੜੀਆਂ ਜਾਤਾਂ ਪਾਤਾਂ ਅੱਜ ਜਿਹੜੀ ਇੰਨੀ ਗੈਰ ਬਰਾਬਰੀ ਆ ਇੰਨੀ ਭੁੱਖਮਰੀ ਆ ਔਰਤਾਂ ਦੇ ਨਾਲ ਅੱਤਿਆਚਾਰ ਹੋ ਰਿਹਾ ਔਰ ਮੁਸਲਮਾਨਾਂ ਸਿੱਖਾਂ ਦੇ ਨਾਲ ਕਤਲੇਆਮ ਹੋ ਰਿਹਾ, ਇਹ ਜਿਹੜੀਆਂ ਸਾਰੀਆਂ ਸਮੱਸਿਆ ਦੀ ਜੜ੍ਹ ਜਿਹੜੀ ਹੈਗੀ ਆ ਉਹ ਜੜ੍ਹ ਹੈ ਬ੍ਰਾਹਮਣਵਾਦ। ਬ੍ਰਾਹਮਣਵਾਦ ਨੂੰ ਜੜੋਂ ਸਾੜੇ ਬਗੈਰ ਜੜੋਂ ਟੁੱਟੇ ਬਗੈਰ ਅਸੀਂ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਕੋਈ ਲੜਾਈ ਲੜ ਰਿਹਾ ਕਿ ਸਾਨੂੰ ਨੌਕਰੀਆਂ ਚਾਹੀਦੀਆਂ, ਕੋਈ ਲੜਾਈ ਲੜ ਰਿਹਾ ਕਿ ਸਾਡੇ ਨਾਲ ਅੱਤਿਆਚਾਰ ਹੋ ਰਿਹਾ, ਇਹ ਜਿਹੜੀ ਇਕੱਲੀ ਇਕੱਲੀ ਸਮੱਸਿਆ ਨੂੰ ਅਸੀਂ ਲੜ ਕੇ ਹੱਲ ਨਹੀਂ ਕਰ ਸਕਦੇ। ਸਭ ਤੋਂ ਵੱਡੀ ਇਹ ਸਮੱਸਿਆ ਨੂੰ ਅਸੀਂ ਜੜੋਂ ਪੁੱਟਣਾ ਚਾਹੁੰਦੇ ਹਾਂ ਔਰ ਇਹ ਬ੍ਰਾਹਮਣਵਾਦ, ਇਹ ਬ੍ਰਾਹਮਣਵਾਦ ਨੂੰ ਭਾਰਤ ਦੇਸ਼ ਤੋਂ ਕੱਢੇ ਬਗੈਰ ਅਸੀਂ ਕੋਈ ਵੀ ਜਿਹੜੀ ਆ ਆਪਣੀ ਮੁਸ਼ਕਲ ਦਾ ਹੱਲ ਨਹੀਂ ਕਰ ਸਕਦੇ। ਇਸ ਕਰਕੇ ਸਿੱਖਾਂ ਨੂੰ, ਕ੍ਰਿਸਚਨਾਂ ਨੂੰ, ਮੁਸਲਮਾਨਾਂ ਨੂੰ, ਬੋਧੀਆਂ ਨੂੰ ਇਹ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਪੈਣਾ ਤੇ ਇਸ ਦਾ ਉਪਰਾਲਾ ਅੱਜ ਜੋ ਤੁਸੀਂ ਕੀਤਾ ਅਸੀਂ ਆਲਰੇਡੀ ਸ਼ੁਰੂ ਕਰ ਚੁੱਕੇ ਹਾਂ। ਔਰ ਭਾਰਤ ਦੇ ਜਿਹੜੇ OBC ਲੋਕ ਹੈ ਅਸੀਂ ਕਾਫੀ ਤਾਦਾਦ ਵਿੱਚ ਚਾਹੀਦੀਆਂ ਜਾਤਾਂ ਨੂੰ ਅਸੀਂ ਇਕੱਠੇ